ویئر ਹਾਊਸ ਦਾ ਵਾਰਦਾਨਾ ਤੇ ਮਾਰਕੀਟ ਦਾ ਵਾਰਦਾਨਾ ਸਹੀ ਤਰੀਕੇ ਨਾਲ ਨਹੀਂ ਪਹੁੰਚਿਆ ਹੋਇਆ ਕਿਵੇਂ ਉਹਨੂੰ ਵੈਬਸਾਈਟ ਤੇ ਚੜਾਉਣਾ ਹੈ ਉਹ ਪੇਮੈਂਟ ਆਉਣੀ ਕਿਵੇਂ ਹੈ ਇਹਦੀ ਹਾਲੇ ਤੱਕ ਕੋਈ ਮੈਨੂੰ ਲੱਗਦਾ ਹੈ ਇਹ ਸੈਂਟਰ ਗਵਰਨਮੈਂਟ ਦੀ ਸਭ ਤੋਂ ਵੱਡੀ ਨਲਾਕੀ ਹੈ ਜੋ ਮੰਡੀ ਕਰਨ ਜੋ ਇਹਨਾਂ ਦਾ ਅੱਗੇ ਪ੍ਰਬੰਧ ਹੈ ਉਹ ਪੰਜਾਬ ਸਰਕਾਰ ਹੋਵੇ ਜਾਂ ਕੋਈ ਵੀ ਉਹ ਉਸ ਤੋਂ ਵੀ ਹੱਤ ਮਾੜਾ ਹੈ ਐਡਾ ਵੱਡਾ ਪਰਪੋਵ ਚੱਲ ਰਿਹਾ ਹੈ ਸੈਨੀਟਾਈਜ਼ਰ ਦਾ ਕੋਈ ਪ੍ਰਬੰਧ ਨਹੀਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਸਰਕਾਰ ਦਾ ਹਾਲ ਜਿਹੜਾ ਪੰਜਾਬ ਦਾ ਹੈ ਕੇਂਦਰ ਸਰਕਾਰ ਨਾਲੋਂ ਵੱਖ ਨਹੀਂ ਇਹ ਦੋਵੇਂ ਸਰਕਾਰਾਂ ਚਾਹੇ ਕੈਪਟਨ ਦੀ ਪੰਜਾਬ ਦੀ ਸਰਕਾਰ ਆ ਚਾਹੇ ਬੋਦੀ ਸਰਕਾਰ ਆ ਕਿਸਾਨਾਂ ਨੂੰ ਪੰਜਾਬ ਦੇਆਂ ਨੂੰ ਹਰਿਆਣਾ ਨੂੰ ਖਤਮ ਕਰਨ ਲੱਗੀ ਹੈ ਹਸੀਕਾਲ ਜੀ ਪ੍ਰਾਈਡ ਪੰਜਾਬ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਅਸੀਂ ਖੜੇ ਹਾਂ ਸਰੰਦ ਮੰਡੀ ਜਿੱਥੇ ਕਣਕ ਦੀ ਖਰੀਦ ਜਿਹੜੀ ਸ਼ੁਰੂ ਹੋ ਗਈ ਆ ਪਰ ਕਿਸਾਨਾਂ ਦੀਆਂ ਕੁਝ ਸਮੱਸਿਆਵਾਂ ਨੇ ਕੁਝ ਸਰਕਾਰ ਦੇ ਨਾਲ ਗਿਲੇ ਨੇ ਇਹਨਾਂ ਦੀ ਸ਼ਿਕਾਇਤ ਆ ਕਿ ਬਾਰਦਾਨੇ ਦੀ ਕਮੀ ਹਮੇਸ਼ਾ ਦੀ ਤਰ੍ਹਾਂ ਫੇਰ ਤੋਂ ਹੀ ਇਸ ਵਾਰ ਵੀ ਜਿਹੜੀ ਸਾਹਮਣੇ ਆ ਰਹੀ ਆ ਸਾਡੇ ਨਾਲ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਬਾਈ ਨਿਰਮਲ ਸਿੰਘ ਜਣੀ ਕਿਸਾਨ ਆਗੂ ਨੇ ਸੰਯੁਕਤ ਮੋਰਚੇ ਦੇ ਨਾਲ ਜੁੜੇ ਹੋਏ ਨੇ ਬਾਈ ਜੀ ਕੀ ਸਮੱਸਿਆ ਹੈਗੀ ਕਿਸਾਨਾਂ ਦੀ ਜਿਹੜੀ ਅੱਜ ਦਾ ਜੋ ਇੱਥੇ ਇਕੱਠੇ ਹੋਣ ਦਾ ਮਕਸਦ ਹੈਗਾ ਦੇਖੋ ਸਮੱਸਿਆਵਾਂ ਵੱਡੀਆਂ ਨੇ ਸੈਂਟਰ ਗਵਰਨਮੈਂਟ ਵੀ ਕਹਿੰਦੀ ਹੈ ਪੰਜਾਬ ਗਵਰਨਮੈਂਟ ਵੀ ਕਹਿੰਦੀ ਹੈ ਵੀ ਬਹੁਤ بڑے ਪ੍ਰਬੰਧ ਅਸੀਂ ਜਿਹੜੇ ਆ ਉਹ ਕੀਤੇ ਹੋਏ ਨੇ ਜਦੋਂ ਜ਼ਮੀਨੀ ਪੱਧਰ ਤੇ ਅਸੀਂ ਉਹ ਪ੍ਰਬੰਧਾਂ ਦਾ ਜਾਇਜ਼ਾ ਲੈਣੇ ਆਇਆ ਪ੍ਰਬੰਧ ਦੇਖਦੇ ਆ ਤਾਂ ਇਹਦੇ ਤਿੰਨ ਚਾਰ ਸਮੱਸਿਆ ਜਿਹੜੀਆਂ ਮੁੱਖ ਤੌਰ ਤੇ ਜਿਹੜੀਆਂ ਸਾਨੂੰ ਸਾਹਮਣੇ ਮਿਲਦੀਆਂ ਨੇ ਉਹ ਚ ਵੱਡੀ ਸਮੱਸਿਆ ਇਹ ਹੈ ਵੀ ਪਹਿਲਾਂ ਤਾਂ ਵਾਰਦਾਨੇ ਦੀ ਕਮੀ ਆ ਜੀ ਬੇਅਰ ਹਾਊਸ ਦਾ ਵਾਰਦਾਨਾ ਤੇ ਮਾਰਕੀਟ ਦਾ ਵਾਰਦਾਨਾ ਸਹੀ ਤਰੀਕੇ ਨਾਲ ਨਹੀਂ ਪਹੁੰਚਿਆ ਹੋਇਆ ਉਹਦੀ ਖਰੀਦ ਦੀ ਉਹਦੀ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਬੜੇ ਵੱਡੇ ਪੱਧਰ ਤੇ ਆ ਰਹੀ ਹੈ ਅਸੀਂ ਹੁਣ ਮਾਰਕੀਟ ਕਮੇਟੀ ਦੇ ਦਫ਼ਤਰ ਆਏ ਸੀ ਮਾਰਕੀਟ ਕਮੇਟੀ ਦੇ ਦਫ਼ਤਰ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਤਾਂ ਉਹ ਫੋਨ ਤੇ ਅੱਗੇ ਕੰਡਕਟ ਕਰ ਰਹੇ ਨੇ ਵੀ ਇਸ ਸਮੱਸਿਆ ਦਾ ਹੱਲ ਕਿਵੇਂ ਹੋਣਾ ਦੂਜੀ ਵੱਡੀ ਸਮੱਸਿਆ ਜਿਹੜੀ ਉਹ ਵੱਡੇ ਪੱਧਰ ਤੇ ਹੁਣ ਕਣਕ ਹੈ ਜਿਹੜਾ ਕਿਉਂਕਿ 10 ਦਿਨ ਲੇਟ ਸੀ ਵੱਡੇ ਪੱਧਰ ਤੇ ਕਣਕ ਆ ਰਹੀ ਹੈ ਉਹਦੀ ਚੁਕਾਈ ਦੀ ਸਮੱਸਿਆ ਹੈ ਵੀ ਉਹਦੀ ਲਿਫਟਿੰਗ ਦੀ ਸਮੱਸਿਆ ਇੰਨੀ ਆਉਣੀ ਹੈ ਵੀ ਜੇਕਰ ਇਹ 2 ਦਿਨ ਹੋਰ ਵੀ 2 ਦਿਨ ਐਵੇਂ ਕੱਢਤੇ ਤਾਂ ਬਹੁਤ بڑے ਭੰਡਾਰ ਨੇ ਜਿਹੜੇ ਉਹ ਇੱਥੇ ਲੱਗ ਜਾਣੇ ਨੇ ਤੀਜੀ ਸਮੱਸਿਆ ਜਿਹੜੀ ਇਹਨਾਂ ਨੂੰ ਹਲੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਕਿਸੇ ਵੀ ਏਜੰਸੀ ਨੂੰ ਹਲੇ ਤੱਕ ਇਹ ਪਤਾ ਨਹੀਂ ਵੀ ਆਰਤਿਆਂ ਦੀ ਜਿਹੜੀ ਪੇਮੈਂਟ ਹੈ ਜਿਹੜੀ ਉਹ ਫਸਲ ਦੀ ਉਹ ਪਾਉਣੀ ਕਿਵੇਂ ਆ ਚੈੱਕ ਸਿਸਟਮ ਕਿਵੇਂ ਦੇਣਾ ਕਿਵੇਂ ਉਹਨੂੰ ਵੈਬਸਾਈਟ ਤੇ ਚੜਾਉਣਾ ਹੈ ਉਹ ਪੇਮੈਂਟ ਆਉਣੀ ਕਿਵੇਂ ਆ ਇਹਦੀ ਹਲੇ ਤੱਕ ਕੋਈ ਮੈਨੂੰ ਲੱਗਦਾ ਹੈ ਇਹ ਸੈਂਟਰਲ ਗਵਰਨਮੈਂਟ ਦੀ ਸਭ ਤੋਂ ਵੱਧ ਦੀ ਨਲਾਇਕੀ ਹੈ ਵੀ ਜਦੋਂ ਉਹਨਾਂ ਨੇ ਇਹ ਸਿਸਟਮ ਸ਼ੁਰੂ ਕਰਨਾ ਸੀ ਡਾਇਰੈਕਟ ਪੇਮੈਂਟ ਦਾ ਤਾਂ ਉੱਤੇ ਪਹਿਲਾਂ ਤਿਆਰੀ ਤਾਂ ਕਰ ਲੈਂਦੇ ਕਿਸੇ ਤਰ੍ਹਾਂ ਦੀ ਬਿਨਾਂ ਤਿਆਰੀ ਤੋਂ ਇਹ ਜਿਹੜਾ ਸਿਸਟਮ ਹੈ ਸ਼ੁਰੂ ਕੀਤਾ ਗਿਆ ਇਹਦੀ ਸਮੱਸਿਆ ਜਿਹੜੀ ਉਹ ਬਹੁਤ ਵੱਡੀ ਆ ਲਿਫਟਿੰਗ ਦੀ ਸਮੱਸਿਆ ਹੋਗੀ ਵਾਰਦਾਨੇ ਦੀ ਸਮੱਸਿਆ ਹੋਗੀ ਤੇ ਇੱਕ ਜਿਹੜਾ ਕਿਸਾਨਾਂ ਨੂੰ ਮਤਲਬ ਮੰਡੀ ਦੇ ਵਿੱਚ ਇਹਨਾਂ ਸਾਰੀਆਂ ਪ੍ਰੋਬਲਮਾਂ ਨਾਲ ਜੁਝਣਾ ਪੈ ਰਿਹਾ ਹੈ ਤੇ ਕਿਤੇ ਕਿਤੇ ਕਣਕ ਨੂੰ ਅੱਗ ਲੱਗ ਰਹੀ ਹੈ ਕਿਸੇ ਜਗ੍ਹਾ ਹੋਰ ਸਮੱਸਿਆ ਇਹ ਆ ਰਹੀਆਂ ਨੇ ਇਹ ਸਮੱਸਿਆਵਾਂ ਨਾਲ ਵਿਚਾਰ ਜਿਹੜਾ ਉਹ ਦੋ ਚਾਰ ਹੋਣਾ ਪੈ ਰਿਹਾ ਹੈ ਤਾਂ ਇੱਕ ਪਾਸੇ ਤਾਂ ਸੰਯੁਕਤ ਮੋਰਚ ਆਪਣੇ ਹੱਕਾਂ ਲਈ ਦਿੱਲੀ ਬੈਠਾ ਹੈ ਇੱਕ ਪਾਸੇ ਕਿਸਾਨਾਂ ਨੂੰ ਹੈ ਜਿਹੜੀ ਉਹ ਉਹ ਮੈਨੂੰ ਲੱਗਦਾ ਵੀ ਜਿਹੜੇ ਬਿਲਾ ਦੇ ਸਬੰਧ ਚ ਐਜੀਟੇਸ਼ਨ ਹੈ ਉਹਨੂੰ ਸਾਬਤੋਤਾਜ ਕਰਨ ਵਾਸਤੇ ਇਹ ਜਿਹੜਾ ਉਹ ਪਰਪੰਚਰ ਰਚਿਆ ਗਿਆ ਹੈ ਸੈਂਟਰ ਗਵਰਨਮੈਂਟ ਦਾ ਬਾਪੂ ਜੀ ਇੱਕ ਪਾਸੇ ਤਾਂ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠੇ ਸੰਘਰਸ਼ ਕਰ ਰਹੇ ਨੇ ਇੱਕ ਪਾਸੇ ਕਿਸਾਨ ਮੰਡੀ ਦੇ ਵਿੱਚ ਰੋਲ ਰਿਹਾ ਹੈ ਕਿਹੜੀ ਸਰਕਾਰ ਤੁਹਾਨੂੰ ਲੱਗਦਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਸਰਕਾਰ ਖੜ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਤੁਸੀਂ ਇਸ ਮੰਡੀ ਦੇ ਵਿੱਚ ਦੂਦਰਸ਼ਨ ਆਪਣੇ ਵੱਲੋਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜੋ ਜ਼ਿਮੀਂਦਾਰਾਂ ਦੀਆਂ ਜੋ ਵੀ ਸਮੱਸਿਆ ਨੇ ਸਮੱਸਿਆਵਾਂ ਤੁਸੀਂ ਦੱਸਿਆ ਨੇ ਇਸ ਮੰਡੀ ਦੇ ਵਿੱਚ ਆਉਣ ਵਾਲੀਆਂ ਇਨਾਂ ਲਈ ਕੌਣ ਸਹਿਰਦਾ ਹੈ ਮੈਂ ਸਮਝਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਕੇਂਦਰ ਸਰਕਾਰ ਹੈ ਉਸ ਦੀ ਸਭ ਤੋਂ ਵੱਡੀ ਬਦਨੀਤੀ ਹੈ ਕਿ ਕਿਸਾਨੀ ਨੂੰ ਰੋਲਣ ਲਈ ਕਿਸਾਨ ਨੂੰ ਰੋਲਣ ਲਈ ਦੂਸਰੀ ਗੱਲ ਜੋ ਮੰਡੀਕਰਨ ਜੋ ਇਹਨਾਂ ਦਾ ਅੱਗੇ ਪ੍ਰਬੰਧ ਹੈ ਉਹ ਪੰਜਾਬ ਸਰਕਾਰ ਹੋਵੇ ਜਾਂ ਕੋਈ ਵੀ ਉਹ ਉਸ ਤੋਂ ਵੀ ਹੱਤ ਮਾੜਾ ਹੈ ਕਿਉਂਕਿ ਉਹਨਾਂ ਕੋਲ ਜੋ ਲੜਿੰਦੇ ਪ੍ਰਬੰਧ ਨੇ ਉਹ ਪ੍ਰੋਪਰ ਨਹੀਂ ਹੈਗੇ ਸਾਡੇ ਇਹ ਤੇ ਸੰਯੁਕਤ ਮੋਰਚਾ ਸਾਹਿਬ ਦੇ ਪ੍ਰਧਾਨ ਸਾਹਿਬ ਨਿਰਮਲ ਸਿੰਘ ਜੀ ਬੈਠੇ ਸੀ ਉਹਨਾਂ ਨੇ ਚੇਅਰਮੈਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹ ਅੱਜ ਪ੍ਰਬੰਧ ਕਰ ਰਹੇ ਨੇ ਜਦਕਿ ਜਿਹੜੀ ਖਰੀਦ ਆ 10 ਤਰੀਕ ਤੋਂ ਚੱਲੀ ਹੋਈ ਹੈ ਜੇ ਤੋ ਸਾਡੇ ਕੋਲ ਬਾਰਦਾਨਿਆ ਨਹੀਂ ਤਸੀ ਸਰਕਾਰ ਦੀ ਕਿਹੜੇ ਮੂੰਹ ਨਾਲ ਕਹਿ ਰਹੇ ਕਿ ਅਸੀਂ ਅਸੀਂ ਮਦਦ ਕਰ ਰਹੇ ਆਂ ਦਾਣ-ਦਾਣ ਚੁੱਕਾਂਗੇ ਬਾਪੂ ਜੀ ਨਿਰਮਲ ਸਿੰਘ ਉਹਨਾਂ ਨੇ ਸਾਰੀਆਂ ਸਮੱਸਿਆਵਾਂ ਗਿਣਾਤੀਆਂ ਇਸ ਤੋਂ ਇਲਾਵਾ ਹੋਰ ਕਿਉਂਕਿ ਗਰਮੀ ਵੀ ਕਾਫੀ ਵੱਧ ਗਈ ਹੈ ਇਸ ਤੋਂ ਇਲਾਵਾ ਹੋਰ ਕਿੱਦਾਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ ਜਿਸ ਦਿਨ ਦੀ ਖਰੀਦ ਸ਼ੁਰੂ ਹੋਈ ਆ ਦੇਖੋ ਮੰਡੀ ਦੇ ਪ੍ਰਬੰਧਾਂ ਨੂੰ ਅਸੀਂ ਸਾਰਾ ਕੁਝ ਸੈੱਡ ਕਰ ਲੂਗਾ ਜਿਹੜਾ ਜ਼ਿੰਮੇਵਾਰ ਹੈ ਉਹ ਤੋਂ ਪਾਣੀ ਤੋਂ ਆਪਣਾ ਪ੍ਰਬੰਧ ਕਰ ਲੂਗਾ ਖਾਣੇ ਦਾ ਆਪਣਾ ਪ੍ਰਬੰਧ ਕਰ ਲੂਗਾ ਪਰ ਜਦ ਤੱਕ ਉਹਦੀ ਫਸਲ ਦੀ ਪ੍ਰੋਪਰ ਚੁਕਾਈ ਨਹੀਂ ਹੁੰਦੀ ਉਸ ਨੂੰ ਉਸ ਦੀ ਅਦਾਗੀ ਉਸ ਦੀ ਪੇਮੈਂਟ ਨਹੀਂ ਮਿਲਦੀ ਹੈਗੀ ਤਾਂ ਤੱਕ ਇਹ ਸਾਰਾ ਕੁਝ ਜਿੰਨੇ ਸਰਕਾਰ ਦੇ ਪ੍ਰਬੰਧ ਨੇ ਉਹ ਮਾਈਨਸ 0 ਹੋਣ ਸਾਬਤ ਹੋਣਗੇ ਜੀ ਤੁਸੀਂ ਚੇਅਰਮੈਨ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਹੋ ਕੀ ਪ੍ਰੋਸਾ ਦਿੱਤਾ ਗਿਆ ਚੇਅਰਮੈਨ ਸਾਹਿਬ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਚੇਅਰਮੈਨ ਸਾਹਿਬ ਕਹਿ ਰਹੇ ਨੇ ਅਸੀਂ ਹਿਵਾਰਦਨਾ ਮੰਗਾ ਰਹੇ ਹਾਂ ਜੀ ਗੱਡੀ ਟ੍ਰੇਨ ਆਏਗੀ ਕਿ ਇਹਨਾਂ ਨੂੰ ਪਹਿਲਾਂ ਯਾਰ ਨਹੀਂ ਸੀ ਇਹ ਕਾਹਦੀ ਤਨਖਾਹ ਲੈ ਰਹੇ ਨੇ ਕਾਹਦੇ ਬੈਠੇ ਕੀ ਕਰ ਰਹੇ ਨੇ ਇਹ ਤਾਂ ਘਟੂ ਘਟ ਮਹੀਨਾ ਦੋ ਪਹਿਲਾਂ ਵਾਰਦਾ ਨਾ ਆਉਣਾ ਚਾਹੀਦਾ ਸੀ ਜੇ ਮੌਕੇ ਤੇ ਕੋਈ ਗੱਲ ਹੈ ਯਾਰ ਇਹਨਾਂ ਤਾਂ ਕਮਾਣ ਦੀ ਗੱਲ ਹੈ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਜੋ ਚੇਅਰਮੈਨ ਸਾਹਿਬ ਨੇ ਭਰੋਸਾ ਦਿੱਤਾ ਉਹ ਪੂਰੀਆਂ ਨਹੀਂ ਕਰਦੇ ਫਿਰ ਕਿਸਾਨਾਂ ਦਾ ਅਗਲਾ ਕਦਮ ਕੀ ਹੋਊਗਾ ਅਸੀਂ ਤਾਂ ਹੀ ਸੋਚਦੇ ਹਾਂ ਕਿ ਅਸੀਂ ਸ਼ਾਂਤੀ ਦੇਖਣੇ ਨਹੀਂ ਜੀ ਜੀ ਰੋਡ ਜਮ ਕਰ ਦਾਂਗੇ ਤਰਨੇ ਲਾਉਂਗੇ ਹਾਂ ਤਰਨੇ ਲਾਵਾਂਗੇ ਅਸੀਂ ਸਾਡੇ ਕੋਲ ਹੱਦ ਵਸਲੀ ਹੱਦ ਤਾਂ ਹੁਣ ਅਸੀਂ ਇਹ ਜੋ ਵਾਰਦਾ ਨਾ ਲਿਆਉਣਾ ਹੈ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ ਇਹ ਖਰੀਦ ਏਜੰਸੀ ਦੀ ਹੋਣੀ ਚਾਹੀਦੀ ਵਾਰਦਾ ਨਾ ਆਉਣਾ ਇਹ ਤਾਂ ਇਹਨਾਂ ਦਾ ਕਿਸਾਨਾਂ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ ਕਿ ਜੇਕਰ ਸਾਡੀਆਂ ਸਮੱਸਿਆਵਾਂ ਮੰਡੀ ਬੋਰਡ ਵੱਲੋਂ ਨਹੀਂ ਜਿਹੜੀਆਂ ਹੱਲ ਹੁੰਦੀਆਂ ਤਾਂ ਅਸੀਂ ਜੀਟੀ ਰੋਡ ਜਾਮ ਕਰਾਂਗੇ ਕਿਸਾਨਾਂ ਵੱਲੋਂ ਧਰਨੇ ਲਾਏ ਜਾਣਗੇ ਇਹਨਾਂ ਨੇ ਸਰਕਾਰਾਂ ਤੇ ਵੀ ਦੋਸ਼ ਲਾਇਆ ਕਿ ਜਿਹੜਾ ਬਾਰਦਾਨੇ ਦੀ ਸਮੱਸਿਆ ਆ ਜਾ ਰਹੀ ਹੈ ਉਹ ਇਹਨਾਂ ਨੂੰ ਤਕਰੀਬਨ 1.5 ਮਹੀਨਾ ਪਹਿਲਾਂ ਪੂਰੇ ਪ੍ਰਬੰਧ ਕਰਨੇ ਚਾਹੀਦੇ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਨੇ ਜਾਂ ਕਿਸਾਨ ਜਿਹੜਾ ਸੜਕਾਂ ਤੇ ਇੱਕ ਵਾਰੀ ਫੇਰ ਸਰਕਾਰਾਂ ਦੇ ਖਿਲਾਫ ਆਉਂਦੇ ਨੇ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਮੈਂ ਸੰਸਾਰਦੀਪ ਸਿੰਘ ਸਰੰਦ ਸ਼ੈਰ ਆਮ ਆਦਮੀ ਪਾਰਟੀ ਫਤੇਕੜ ਸਾਹਿਬ ਦੇ ਆਗੂ ਸਰੰਦ ਮੰਡੀ ਪਹੁੰਚੇ ਨੇ ਇਹਨਾਂ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਹੈ ਉਹਨਾਂ ਦੇ ਹੱਲ ਕਰਨ ਦੇ ਲਈ ਅਸੀਂ ਸੰਘਰਸ਼ ਵਿੜਾਂਗੇ ਅਸੀਂ ਕੁਝ ਕੋਸ਼ਿਸ਼ਾਂ ਕਰਾਂਗੇ ਆਗੂ ਸਾਡੇ ਨਾਲ ਮੌਜੂਦ ਨੇ ਲਖਵੀਰ ਸਿੰਘ ਰਾਏ ਸਰ ਕੀ ਕਾਰਨ ਹੈਗਾ ਜੋ ਅੱਜ ਤੁਸੀਂ ਸਰੰਦ ਮੰਡੀ ਦੇ ਵਿੱਚ ਪਹੁੰਚੇ ਹੋ ਕਿਸਾਨਾਂ ਦੇ ਵਿੱਚ ਦੇਖੋ ਕੇਂਦਰ ਸਰਕਾਰ ਦਾ ਕਿਸਾਨਾਂ ਦੀ ਪਹਿਲੀ ਦੁਖੀ ਬਣੀ ਹੋਈ ਸੀ ਔਰ ਕੈਪਟਨ ਸਰਕਾਰ ਜਿਹੜੀ بڑے بڑے ਦਾਅਵੇ ਕਰਦੀ ਕਿਸਾਨਾਂ ਦੇ ਹੱਕ ਵਿੱਚ ਅੱਜ ਉਹ ਪਰਤਖ ਹੋ ਗਿਆ ਅੱਜ ਕਿਸਾਨ ਜਿਹੜਾ ਰੂਰ ਹੈ ਤਿੰਨ 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 ਤੋਂ ਕਿਸਾਨ ਬੈਠਾ ਉਹਨਾਂ ਦੀ ਬੋਲੀ ਨਹੀਂ ਹੋ ਰਹੀ ਬਾਹਰ ਦਾਣੇ ਦਾ ਕੋਈ ਪ੍ਰਬੰਧ ਨਹੀਂ ਕੋਵਿਡ ਦਾ ਐਡਾ ਵੱਡਾ ਪ੍ਰਕੋਪ ਚੱਲ ਰਿਹਾ ਹੈ ਸੈਨੀਟਾਈਜ਼ਰ ਦਾ ਕੋਈ ਪ੍ਰਬੰਧ ਨਹੀਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਆ ਇੱਥੇ ਸਾਡੇ ਵੀਰ ਹੁਣੀ ਇੱਥੇ ਪਹਿਲਾਂ ਖੜੇ ਨੇ ਸਾਡੇ ਨਾਲ ਗੱਲ ਕਰ ਰਹੇ ਸੀ ਕਿ ਮਾਰਕੀਟ ਕਮੇਟੀ ਦਾ ਚੇਅਰਮੈਨ ਜਾਰੇ ਮੰਗਾ ਲੈ ਕੇ ਗਏ ਭੱਜ ਗਿਆ ਸੋ ਕਹਿਣ ਦਾ ਭਾਵ ਸਰਕਾਰ ਦਾ ਹਾਲ ਜਿਹੜਾ ਪੰਜਾਬ ਦਾ ਹੈ ਕੇਂਦਰ ਸਰਕਾਰ ਨਾਲੋਂ ਵੱਖ ਨਹੀਂ ਇਹ ਦੋਵੇਂ ਸਰਕਾਰਾਂ ਚਾਹੇ ਕੈਪਟਨ ਦੀ ਪੰਜਾਬ ਦੀ ਸਰਕਾਰ ਆ ਚਾਹੇ ਮੋਦੀ ਸਰਕਾਰ ਆ ਕਿਸਾਨਾਂ ਨੂੰ ਪੰਜਾਬ ਦੇਆਂ ਨੂੰ ਹਰਿਆਣਾ ਨੂੰ ਖਤਮ ਕਰਨ ਲੱਗੀ ਆ ਇਹੀ ਸੀ ਅੱਜ ਗੱਲ ਕਰਨ ਆਏ ਸੀ ਸਾਡੇ ਕਿਸਾਨ ਵੀਰਾਂ ਦੇ ਕਾਲ ਆਈਆਂ ਸਾਨੂੰ ਕਿ ਇੱਥੇ ਆ ਕੇ ਸਾਡਾ ਹਾਲਚਾਲ ਪੁੱਛੋ ਬਹੁਤ ਮਾੜਾ ਹਾਲ ਹੈ ਜਿਨ੍ਹਾਂ ਨੂੰ ਮਿਲ ਕੇ ਆਏ 3 ਦਿਨ 4-4 ਦਿਨ ਦੇ ਬੈਠੇ ਨੇ ਔਰ ਜਿਹੜਾ ਇਨਸਪੈਕਟਰ ਹੈ ਉਹਨਾਂ ਦਾ ਕੋਈ ਸਿਸਟਮ ਨਹੀਂ ਕਰਾਉਣਾ ਸਵੇਰ ਤੋਂ ਲੈ ਕੇ ਕਿਸਾਨ ਦੇਖਦਾ ਰਹਿੰਦੇ ਕਰ ਬੋਲੀ ਵਾਲਾ ਆਊਗਾ ਔਰ ਸ਼ਾਮ ਤੱਕ ਆਉਂਦਾ ਨਹੀਂ ਦੂਜੇ ਦਿਨ ਫੇਰ ਦੇਖਦੇ ਰਹਿੰਦੇ ਆ ਕਿਸਾਨਾਂ ਦੀ ਤਰ੍ਹਾਂ ਇਹੋ ਹਾਲਤ ਬਣੀ ਪਈ ਹੈ ਇੱਕ ਪਾਸੇ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠੇ ਵੱਡੀ ਗਿਣਤੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੰਡੀਆਂ ਦੇ ਵਿੱਚ ਰੋਲ ਰਹੇ ਨੇ ਕੌਣ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਇਸ ਲਈ ਤਾਂ ਜ਼ਿੰਮੇਵਾਰ ਹੈ ਕੇਂਦਰ ਸਰਕਾਰ ਨੂੰ ਤਾਂ ਅਸੀਂ ਮੰਨਦੇ ਹੀ ਆਂ ਕਿ ਸਾਡੇ ਨਾਲ ਧੋਖਾ ਕਰ ਰਹੀ ਹੈ ਲੇਕਿਨ ਪੰਜਾਬ ਸਰਕਾਰ ਨੇ ਵੀ ਜਿਹੜਾ ਬਾਰਦਾਨੇ ਦਾ ਇੰਤਜ਼ਾਮ ਕਰਨਾ ਸੀ ਸੈਨੀਟਾਈਜ਼ ਦਾ ਇੰਤਜ਼ਾਮ ਕਰਨਾ ਸੀ ਔਰ ਹੋਰ ਸਹੂਲਤਾਂ ਦੇਣੀਆਂ ਸੀ ਆ ਜਿਹੜੇ ਸਾਡੇ ਭਰਾ ਬੈਠੇ ਨੇ ਆਰਤੀ ਸਹਿਬਾਨ ਇਹ ਗੱਲ ਕਰ ਰਹੇ ਸੀ ਕਿ ਜਿਹੜਾ ਆਨਲਾਈਨ ਪੇਮੈਂਟ ਦੀ ਗੱਲ ਕੀਤੀ ਹੈ ਆਨਲਾਈਨ ਪੇਮੈਂਟ ਪੰਜਾਬ ਵਾਲੇ ਤਾਂ ਮੰਗਦੇ ਨਹੀਂ ਨਾ ਕਿਸਾਨ ਮੰਗਦਾ ਨਾ ਆਰਤੀ ਮੰਗਦਾ ਠੀਕ ਹੈ ਇਹਦਾ ਬਹੁਤ ਪੁਰਾਣਾ ਡੂੰਘਾ ਰਿਸ਼ਤਾ ਇਹਨਾਂ ਦਾ ਔਰ ਇਹ ਜਿਹੜਾ ਰਿਸ਼ਤਾ ਹੈ ਸਦੀਆਂ ਕਿੰਨੇ ਸਾਲਾਂ ਤੋਂ ਚੱਲਦਾ ਆ ਉਹਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ ਇਹ ਧੱਕੇ ਨਾਲ ਸਾਡੇ ਰਿਸ਼ਤੇ ਖਤਮ ਕਰਨਾ ਚਾਹੁੰਦੇ ਆ ਮੈਨੂੰ ਦੱਸੋ ਆਗਰ ਕਿਸਾਨ ਨੂੰ ਕਦੇ ਦੁੱਖ ਚ ਲੋੜ ਪੈ ਗਈ ਤਾਂ ਆੜਤੀਏ ਕੋਲ ਜਾਂਦਾ ਕਿ ਸਰਕਾਰ ਕੋਈ ਇੰਤਜ਼ਾਮ ਕਰੇਗੀ ਕਿਸਾਨ ਨੂੰ ਲੋੜ ਪੈਂਦੀ ਹੈ ਦੁੱਖ ਚ ਸੁੱਖ ਚ ਤਾਂ ਆੜਤੀਏ ਸਾਥ ਦਿੰਦਾ ਕੌਣ ਸਾਥ ਦੇਗਾ ਪੰਜਾਬ ਦੇ ਕਿਸਾਨ ਦਾ ਜੇ ਇਹ ਰਿਸ਼ਤਾ ਤੋੜ ਰਹਿਣੇ ਸਾਡਾ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਜੋ ਤੁਹਾਡੇ ਨਾਲ ਵੀ ਤੁਹਾਨੂੰ ਵੀ ਦੱਸੀਆਂ ਗਈਆਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰ ਦਾ ਦਿਨ ਦੀ ਸਮੱਸਿਆ ਹੋਵੇ ਲਿਫਟਿੰਗ ਦੀ ਸਮੱਸਿਆ ਹੋਵੇ ਜੇਕਰ ਉਹ ਜਲਦੀ ਹੱਲ ਨਹੀਂ ਹੁੰਦੀਆਂ ਤਾਂ ਆਮ ਆਦਮੀ ਪਾਰਟੀ ਦਾ ਅਗਲਾ ਸਟੈਪ ਕੀ ਹੋਊਗਾ ਦੇਖੋ ਅਸੀਂ ਕਿਸਾਨਾਂ ਵੀਰ ਨਾਲ ਆ ਪਹਿਲਾਂ ਵੀ ਅਸੀਂ ਦਿੱਲੀ ਦੇ ਵਿੱਚ ਕਿਸਾਨਾਂ ਵੀਰਾਂ ਦੀ ਬਾਹ ਫੜੀ ਹੈ ਸਾਡੇ ਸਾਡਾ ਫਰਜ਼ ਹੈ ਕਿਉਂਕਿ ਸਾਡਾ ਕਿਸਾਨ ਜਿਹੜਾ ਪੰਜਾਬ ਦਾ ਮੋਰੀ ਹੋ ਕੇ ਦੇਸ਼ ਨੂੰ ਅਨਾਜ ਦਿੱਤਾ ਦੇਸ਼ ਦਾ ਢਿੱਡ ਭਰਿਆ ਅੱਜ ਪੰਜਾਬ ਹਰਿਆਣਾ ਯੂਪੀ ਦੇ ਕਿਸਾਨਾਂ ਨਾਲ ਅਗਲੇ ਧਰੋ ਕਰਦੀ ਆ ਤਾਂ ਆਮ ਆਦਮੀ ਪਾਰਟੀ ਡਟ ਕੇ ਖੜੂਗੀ ਇਹ ਕੋਈ ਸਾਡੀ ਪੋਲੀਟਿਕਲ ਸਟੰਟ ਦੇ ਤੌਰ ਤੇ ਨਹੀਂ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਰ ਅੱਜ ਵੀ ਇੱਥੇ ਵੀ ਸਾਨੂੰ ਕੋਈ ਜਿਹੜਾ 2-4 ਦਿਨਾਂ ਚ ਜੇ ਹਾਲਾਤ ਨਾ ਸੁਧਰੇ ਜੋ ਸਾਡੀ ਹਾਈ ਕਮਾਂਡ ਔਰ ਡਿਸਟ੍ਰਿਕਟ ਦੇ ਲੈਵਲ ਤੇ ਅਸੀਂ ਬੈਠ ਕੇ ਜੋ ਗੱਲ ਕਰਾਂਗੇ ਸੰਘਰਸ਼ ਵਿੜਾਂਗੇ ਇਹਨਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਫਤੇਗੜ ਸਾਹਿਬ ਤੋਂ ਲਖਬੀਰ ਸਿੰਘ ਰਾਏ ਜਿਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਆ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਜਲਦੀ ਤੋਂ ਜਲਦੀ ਹੱਲ ਨਹੀਂ ਹੁੰਦੀਆਂ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਆਪਣਾ ਸੰਘਰਸ਼ ਵੇਡਾਂਗੇ ਦੇਖਣਾ ਇਹ ਹੋਵੇਗਾ ਕਿ ਇਹ ਕਿਸਾਨਾਂ ਦੇ ਨਾਲ ਸੱਚਮੁੱਚ ਆ ਕੇ ਖੜਦੇ ਨੇ ਜਾਂ ਸਿਰਫ ਜਿਹੜੇ ਫੋਕੇ ਦਾਅਵੇ ਹੋਰ ਸਰਕਾਰਾਂ ਦੀ ਤਰ੍ਹਾਂ ਇਹਨਾਂ ਦੇ ਵੀ ਹਸਾਬਤ ਹੁੰਦੇ ਨੇ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਮੈਨੂੰ ਦਿਓ ਅੱਗੇ ਆ ਧੰਨਵਾਦ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ